ਅੰਮ੍ਰਿਤਸਰ ਵਿਖੇ ਵੇਰਕਾ ਵਿੱਚ ਵਾਰਡ ਨੰਬਰ 21 ਵਿੱਚ ਕਾਂਗਰਸੀ ਅਤੇ ਅਕਾਲੀ ਦਲ ਦੇ ਹੱਕ ਵਿੱਚ ਲੋਕ ਬੂਥ ਤੇ ਭਾਰੀ ਸੰਖਿਆ ਵਿੱਚ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਬੂਥ ਤੇ ਕਾਂਗਰਸੀ ਵਰਕਰ ਹਰਪਾਲ ਸਿੰਘ, ਓਂਕਾਰ ਸਿੰਘ, ਕਮਲਜੀਤ ਸਿੰਘ ਰਾਣਾ, ਲਖਵਿੰਦਰ ਸਿੰਘ NRI ਅਤੇ ਅਕਾਲੀ ਵਰਕਰ ਮਨਪ੍ਰੀਤ ਸਿੰਘ ਬਿੱਕਾ ਚੀਨੀਆ, ਮਨਬੀਰ ਸਿੰਘ, ਬਿਕਰਮ ਸਿੰਘ ਬਿੱਕਾ, ਹੈਪੀ ਆਦਿ ਮੌਜੂਦ ਰਹੇ। ਵਾਰਡ ਨੰਬਰ 21 ਤੋਂ ਅਸੀਂ ਇੱਥੇ ਆਪਣਾ ਸਾਰੇ ਆਪਣਾ ਜਿਹੜੇ ਵੀ ਕਾਂਗਰਸ ਦੇ ਵਰਕਰ ਅਤੇ ਹੋਰ ਵੀ ਜਿਹੜੇ ਅਹੁਦੇਦਾਰ ਆ ਇੱਥੇ ਅੱਜ ਅਸੀਂ ਗੁਰਜੀਤ ਔਜਲਾ ਦੇ ਹੱਕ ਦੇ ਵਿੱਚ ਜਿਹੜਾ ਵਾ ਵੋਟਿੰਗ ਹੋ ਰਹੀ ਆ ਅਤੇ ਲੋਕਾਂ 'ਚ ਬੜਾ ਉਤਸ਼ਾਹ ਵਾ ਇਸ ਵੋਟਿੰਗ ਇਲੈਕਸ਼ਨ ਦੇ ਵਿੱਚ, ਕਿਉਂਕਿ ਗੁਰਜੀਤ ਔਜਲਾ ਇੱਕ ਬਹੁਤ ਵਧੀਆ ਇਨਸਾਨ ਆ। ਉਹਨੇ ਪਹਿਲਾਂ ਵੀ 2 ਸਾਲ ਸੇਵਾ ਕੀਤੀ ਆ ਹਲਕੇ ਦੀ, ਅਤੇ ਐਰਕੀ ਫਿਰ ਹਾਈਕਮਾਂਡ ਨੇ ਉਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਅਤੇ ਬੜਾ ਉਤਸ਼ਾਹ ਵਾ ਲੋਕਾਂ ਦੇ ਵਿੱਚ, ਭਾਰੀ ਬਹੁ ਮਤ ਦੇ ਨਾਲ ਅਸੀਂ ਉਹਨਾਂ ਨੂੰ ਇੱਥੋਂ ਜਿਤਾਵਾਂਗੇ। ਜਿਹੜੇ ਆਪਣਾ ਭੜਕਾ ਰਹੇ ਆ, ਜਿਹੜੇ ਗਲਤ ਅਫਵਾਹਾਂ ਫੈਲਾ ਰਹੇ ਆ, ਇਹਨਾਂ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਵਾ ਅਤੇ ਜਿਹੜੀ ਅਮਨ ਅਮਾਨ ਦੀ ਸਥਿਤੀ ਆ ਉਹਦੇ ਵਿੱਚ ਵੋਟਾਂ ਜਿਹੜੀਆਂ ਅਮਨ ਅਮਾਨ ਨਾਲ ਪੈਣੀਆਂ ਪੈਣਗੀਆਂ ਅਤੇ ਪੁਲਿਸ ਪ੍ਰਸ਼ਾਸਨ ਵੀ ਆਪਣਾ ਬਹੁਤ ਚੰਗੇ ਢੰਗ ਨਾਲ ਡਿਊਟੀ ਕਰ ਰਿਹਾ ਵਾ। ਕਮਲਦੀਪ ਸਿੰਘ ਰਾਣਾ, ਵਾਰਡ ਨੰਬਰ 21 ਤੋਂ, ਅਤੇ ਮੈਂ ਹਰਪਾਲ ਸਿੰਘ ਵੇਰਕਾ ਜੋ ਕਿ ਕੌਂਸਲਰ, ਇਹਨਾਂ ਦੀ ਅਗਵਾਈ ਹੇਠ ਗੁਰਜੀਤ ਸਿੰਘ ਔਜਲਾ ਜੀ ਨੂੰ ਬਹੁਤ ਹੁੰਮ ਹੁਮਾ ਕੇ ਵੋਟਾਂ ਪਾ ਰਹੇ ਨੇ ਲੋਕ। ਮੈਂ ਇਹ ਸੋਚਦਾ ਵਾਂ ਕਿ ਜੋ ਅੰਮ੍ਰਿਤਸਰ ਦੇ ਵਿੱਚ 85 ਕੌਂਸਲਰ ਆ ਵਾਰਡਾਂ ਵਾਂ, 85ਆਂ ਦੇ ਵਿੱਚੋਂ 21 ਨੰਬਰ ਵਾਰਡ ਦੀ ਸਭ ਤੋਂ ਵੱਧ ਜਿਹੜੀ ਲੀਡ ਨਾਲ ਔਜਲਾ ਸਾਹਿਬ ਨੂੰ ਆਪਾਂ ਜਿੱਤ ਦਵਾਵਾਂਗੇ। ਅਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਜਿਹੜੇ ਵਿਰੋਧੀ ਆ ਧੜੇ ਆ ਉਹਨਾਂ ਦੇ ਕਹਿਣ ਨਾਲ ਕੋਈ ਗੁਰਜੀਤ ਔਜਲਾ ਨੂੰ ਕੋਈ ਵੋਟ ਦੇ ਵਿੱਚ ਫਰਕ ਪਊਗਾ। ਲੋਕ ਇਹਨਾਂ ਦੀਆਂ ਅਕਾਲੀ ਦਲ ਦੀਆਂ ਜਿਹੜੀਆਂ ਮਾੜੂ ਨੀਤੀਆਂ ਇਹਨਾਂ ਤੋਂ ਜਾਣੂ ਹੋ ਚੁੱਕੇ ਨੇ ਅਤੇ ਗੁਰਜੀਤ ਸਿੰਘ ਔਜਲਾ ਨੂੰ ਬਹੁਤ ਭਾਰੀ ਮੁਹਬਤ ਨਾਲ ਜਿਤਾਉਣਗੇ। ਮੈਂ ASI ਰੋਹਿਤ ਸ਼ਰਮਾ ਜੀ, ਪੈਟਰੋਲਿੰਗ ਪਾਰਟੀ ਇੰਚਾਰਜ, ਪਾਰਟੀ ਨੰਬਰ 1 ਵੇਰਕਾ ਹਲਕੇ ਤੋਂ। ਇਸ ਵੇਲੇ ਬਹੁਤ ਹੀ ਪੀਸਫੁਲ ਤਰੀਕੇ ਨਾਲ ਵੋਟਿੰਗ ਚੱਲ ਰਹੀ ਹੈ ਜੀ। ਪਬਲਿਕ ਦਾ ਕਾਫੀ ਰੁਝਾਨ ਦੇਖਿਆ ਜਾ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਵੀ ਪੂਰੇ ਬੰਦੋਬਸਤ ਕੀਤੇ ਗਏ ਨੇ, ਪੀਸਫੁਲ ਤਰੀਕੇ ਨਾਲ ਵੋਟਿੰਗ ਹੋ ਰਹੀ ਹੈ ਅਤੇ ਹੋਰ ਆਸ ਕੀਤੀ ਜਾ ਰਹੀ ਹੈ ਕਿ ਇਹ ਇਸੇ ਤਰ੍ਹਾਂ ਹੀ ਪੀਸਫੁਲ ਤਰੀਕੇ ਨਾਲ ਸ਼ਾਮ ਨੂੰ ਸੰਪੰਨ ਹੋਏਗੀ। ਮੈਂ ਰਾਜੇਸ਼ ਕੁਮਾਰ ਹਨੀ, ਪ੍ਰਵਕਤਾ ਭਾਰਤੀ ਜਨਤਾ ਪਾਰਟੀ ਪੰਜਾਬ। ਲੋਕਤੰਤਰ ਦੇ ਸਭ ਤੋਂ ਵੱਡੇ ਪਰਵ ਚੁਣਾਵ ਦੇ ਵਿੱਚ ਅੱਜ ਸਾਰਿਆਂ ਨੂੰ, ਮੇਰੇ ਵੋਟਰਾਂ ਨੂੰ ਬੇਨਤੀ ਹੈ ਕਿ ਉਹ ਤਗੜੇ ਹੋ ਕੇ ਦੇਸ਼ ਹਿੱਤ ਦੇ ਵਿੱਚ ਮਤਦਾਨ ਕਰਨ ਔਰ 5 ਸਾਲ ਦੇਸ਼ ਦੇ ਵਿੱਚ ਇੱਕ ਇਮਾਨਦਾਰ ਸਰਕਾਰ ਚੱਲੀਏ ਔਰ ਇਮਾਨਦਾਰ ਨੂੰ ਵੋਟ ਪਾ ਕੇ ਦੁਬਾਰਾ ਤੋਂ ਫਿਰ ਤੋਂ ਸੇਵਾ ਦਾ ਮੌਕਾ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕਾਰਜਕਰਤਾ ਨੂੰ ਦਿਓ। ਬਹੁਤ ਬਹੁਤ ਧੰਨਵਾਦ। ਮੈਂ ਜਸਵਿੰਦਰ ਸਿੰਘ ਵੇਰਕਾ, ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ। ਇਲੈਕਸ਼ਨ ਇਸ ਵਾਰ ਜਿਹੜੀ ਆ ਸਾਡੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਖਲੋਤੇ ਆ, ਇਹਨਾਂ ਦਾ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਕਿਉਂਕਿ ਕੈਪਟਨ ਸਾਹਿਬ ਦੇ ਜਿਹੜੇ ਇਹਨਾਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਸਕੇ। ਸਾਰੇ ਜਿਹੜੀ ਜਨਤਾ ਵਾ ਇਸ ਵੇਲੇ ਪੁਰੀ ਸਾਹਿਬ ਦੇ ਹੱਕ 'ਚ ਨਿੱਤਰ ਕੇ ਚੱਲ ਰਹੀ ਆ ਕਿਉਂਕਿ ਉਹ ਬਹੁਤ ਪੜ੍ਹੇ ਲਿਖੇ ਅਤੇ ਇਮਾਨਦਾਰ ਵਿਅਕਤੀ ਹੋਣ ਦੇ ਨਾਤੇ ਉਹਨਾਂ ਦਾ ਇਮੇਜ ਜਿਹੜਾ ਉਹ ਬਹੁਤ ਵਧੀਆ ਬਣ ਗਿਆ ਹੈ। ਹਰਮਨਪ੍ਰੀਤ ਸਿੰਘ ਵੇਰਕਾ, ਮੈਂ ਸਰਕਲ ਪ੍ਰਧਾਨ ਵੇਰਕਾ ਤੋਂ ਬਿਲੋਂਗ ਕਰਦਾ। ਇਲੈਕਸ਼ਨ ਅਸੀਂ ਹਰਦੀਪ ਸਿੰਘ ਪੁਰੀ ਦੇ ਹੱਕ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ, ਸਾਰੇ ਜਿੰਨੇ ਵਰਕਰ ਆ ਬੜੇ ਜ਼ੋਰ ਸ਼ੋਰ ਨਾਲ ਲੱਗੇ, ਸਾਰੀ ਟੀਮ ਸਾਡੀ ਲੱਗੀ ਹੋਈ ਆ ਅਤੇ ਅਸੀਂ ਉਮੀਦ ਤੋਂ ਵੱਧ ਕੰਮ ਆਪਣੇ ਸਾਡੇ ਇਸ ਵਾਰਡਾਂ ਦੇ ਵਿੱਚ ਹੋ ਰਿਹਾ ਅਤੇ ਸਾਨੂੰ ਉਮੀਦ ਆ ਵੀ ਅਸੀਂ ਇਹ ਵਾਰਡਾਂ ਪੂਰੀਆਂ ਜਿਤਾ ਕੇ ਪੁਰੀ ਜੀ ਦੇ ਹੱਕ ਦੇ ਵਿੱਚ ਲੋਕ ਨਿੱਤਰ ਰਹੇ ਆ ਅਤੇ ਜਿਤਾ ਕੇ ਭੇਜਾਂਗੇ ਉਹਨਾਂ ਨੂੰ ਵੇਰਕੇ ਦੀਆਂ ਸਾਰੀਆਂ ਵਾਰਡਾਂ ਵਿੱਚ।